ਬਲਦੇਵ ਸਿੰਘ ਦੀ ਪੁਸਤਕ ਭਵਿੱਖ ਦੇ ਵਾਰਸ ਅਤੇ ਹੋਰ ਕਹਾਣੀਆਂ ਦੀ ਕਹਾਣੀ ਹੈ ਭਵਿੱਖ ਦੇ ਵਾਰਸ ਬਾਕੀ ਦਾ ਭਾਗ। ਇੱਕ ਸ਼ਰਾਬੀ ਦੇ ਹੱਥੋਂ ਟਮਾਟਰ ਅਤੇ ਖੀਰੇ ਵਾਲਾ ਪੱਤਾ ਡਿੱਗ ਪਿਆ। ਇਹਨਾਂ ਚੁੱਕੇ ਝਾੜੇ ਅਤੇ ਵੰਡ ਕੇ ਖਾ ਲਏ। ਇੰਨੇ ਨੂੰ ਉਹਨਾਂ ਨਾਲੋਂ ਕੁਝ ਵਡੇਰੀ ਉਮਰ ਦਾ ਮੁੰਡਾ ਅੰਦਰੋਂ ਠੇਕੇ ਵਿੱਚੋਂ ਸ਼ਰਾਬ ਪੀ ਕੇ ਨਿਕਲਿਆ ਅਤੇ ਉਹਨਾਂ ਕੋਲ ਆ ਖੜ੍ਹਾ ਹੋਇਆ। ਪਾਟੀ ਕਮੀਜ਼ ਅਤੇ ਨਿੱਕਰ ਤੋਂ ਦੇਖ ਕੇ ਤਾਂ ਇਹ ਮੁੰਡਾ ਵੀ ਇਹਨਾਂ ਦੀ ਜਾਤ ਬਰਾਦਰੀ ਦਾ ਹੀ ਲੱਗਦਾ ਸੀ। ਕੁਛ ਦੇਰ ਨਵਾਂ ਮੁੰਡਾ ਉਹਨਾਂ ਦੀਆਂ ਹਰਕਤਾਂ ਤਾੜਦਾ ਰਿਹਾ, ਫਿਰ ਉਹਨਾਂ 'ਚੋਂ ਇੱਕ ਦੇ ਕੋਲ ਜਾ ਕੇ ਬੋਲਿਆ, ਖੋ ਕੇ ਕਾਹਤੋਂ ਨਹੀਂ ਖਾਂਦੇ? ਕੁੱਟ ਤੋਂ ਡਰ ਲੱਗਦਾ, ਪਹਿਲਾਂ ਥੋੜ੍ਹੀ ਥੋੜ੍ਹੀ ਸ਼ਰਾਬ ਪੀ ਲਿਆ ਕਰੋ। ਸ਼ਰਾਬ? ਬਾਪਰੇ, ਮੁੰਡੇ ਨੇ ਹੈਰਾਨ ਹੋ ਕੇ ਮੂੰਹ ਅੱਡ ਲਿਆ। ਅਰੇ, ਇਸ 'ਤੇ ਕੋਈ ਖਰਚਾ ਥੋੜ੍ਹਾ ਹੀ ਆਉਂਦਾ? ਪਹਿਲਾਂ ਮੁੰਡਾ ਵੀ ਕੁਛ ਨਹੀਂ ਬੋਲਿਆ। ਉਹਦੇ ਦੂਜੇ ਸਾਥੀ ਵੀ ਉਹਨਾਂ ਦੁਆਲੇ ਆ ਖੜ੍ਹੇ ਹੋਏ ਅਤੇ ਨਵਾਂ ਮੁੰਡਾ ਉਹਨਾਂ ਨੂੰ ਸ਼ਰਾਬ ਪੀਣ ਦੀ ਤਰਕੀਬ ਸਮਝਾਉਣ ਲੱਗਾ। ਪੀਣੀ ਹੋਵੇ ਤਾਂ ਜੇਬ 'ਚ ਭਾਂਡ ਮਤਲਬ ਕਸੋਰਾ ਰੱਖੀਦਾ, ਹੌਲੀ ਦੇ ਕੇ ਠੇਕੇ ਦੇ ਅੰਦਰ ਲੰਘ ਜਾਈਦਾ, ਜਿਹੜਾ ਪੀਂਦਾ ਹੋਵੇ ਉਹਦੇ ਮੂਹਰੇ ਭਾਂਡ ਕਰ ਦੇਈਏ, ਬਸ ਐਂਈ ਭੋਰਾ ਭੋਰਾ ਨਾਲ। ਬਾਕੀ ਗੱਲ ਉਹਨੇ ਅੱਖ ਦੇ ਇਸ਼ਾਰੇ ਨਾਲ ਪੂਰੀ ਕਰਤੀ। ਉਹਨਾਂ ਵਿੱਚੋਂ ਦੋ ਤਿੰਨ ਮੁੰਡੇ ਕੂੜੇ ਦੇ ਢੇਰ 'ਚੋਂ ਕਸੋਰੇ ਲੱਭਣ ਤੁਰ ਗਏ ਅਤੇ ਨਵਾਂ ਮੁੰਡਾ ਸ਼ਰਾਬੀ ਹੋਇਆ ਆਪਣੇ ਇਲਾਕੇ ਦੀਆਂ ਫੜਾਂ ਮਾਰਨ ਲੱਗਾ। ਤੁਹਾਡੇ ਵਾਂਗੂ ਅਸੀਂ ਜੂਠਾ ਥੋੜ੍ਹਾ ਹੀ ਖਾਂਦੇ ਹਾਂ, ਸਾਡੇ ਪਾਸੇ ਤਾਂ ਮੀਟ ਵੀ ਰੁਲਦਾ ਫਿਰਦਾ, ਕਦੇ ਖਾਧਾ ਰੱਜ ਕੇ? ਸਾਰੇ ਮੁੰਡਿਆਂ ਨੇ ਨਾਂ 'ਚ ਸਿਰ ਹਿਲਾਇਆ। ਖਾਣਾ? ਨਵੇਂ ਮੁੰਡੇ ਨੇ ਰੋਹਬ ਨਾਲ ਪੁੱਛਿਆ। ਖਾ ਲਵਾਂਗੇ। ਸਾਰੇ ਮੁੰਡੇ ਇਕੱਠੇ ਹੀ ਬੋਲ ਪਏ ਅਤੇ ਫਿਰ ਇੱਕ ਡਰ ਜਿਹੇ ਨਾਲ ਬੋਲਿਆ, ਉੱਥੇ ਮਾਰਨ ਵਾਲਾ ਤਾਂ ਕੋਈ ਨਹੀਂ ਹੋਣਾ? ਉਹ ਤਾਂ ਹਰ ਥਾਂ ਹੋਣਗੇ ਜਿੱਥੇ ਆਪਾਂ ਜਾਵਾਂਗੇ। ਤੁਸੀਂ ਆਥਣੇ ਆਇਓ, ਉੱਧਰ ਕਾਲੀ ਘਾਟ ਵੱਲ। ਨਵੇਂ ਮੁੰਡੇ ਨੇ ਉਹਨਾਂ ਨੂੰ ਦਾਵਤ ਦਿੱਤੀ। ਮਾਂ ਕਾਲੀ ਦੇ ਮੰਦਰ ਵੱਲ? ਨਾ ਨਾ, ਮੰਦਰ 'ਚ ਆਪਾਂ ਨੂੰ ਕਿਹਨੇ ਵੜਨ ਦੇਣਾ? ਉੱਧਰ ਮੁਰਦਾ ਘਰ ਵੱਲ, ਜਿੱਥੇ ਮੁਰਦੇ ਸਾੜਦੇ ਆ। ਹਾਂ, ਉੱਥੇ ਤਾਂ ਭੂਤਾਂ ਹੁੰਦੀਆਂ, ਭੂਤ ਆਪਾਂ ਤੋਂ ਡਰਦੇ ਆ। ਕੁਝ ਮੁੰਡੇ ਕਸੋਰੇ ਲੱਭ ਲਿਆਏ ਸਨ ਅਤੇ ਉਹਨਾਂ ਨਵੇਂ ਮੁੰਡੇ ਦੀਆਂ ਗੱਲਾਂ ਵੀ ਸੁਣ ਲਈਆਂ ਸਨ। ਸਾਰੇ ਉਸ ਵੇਲੇ ਉਹ ਦੇਖ ਰਹੇ ਸਨ ਜਿਵੇਂ ਉਹ ਕਿਸੇ ਹੋਰ ਦੁਨੀਆ 'ਚੋਂ ਆਇਆ ਹੋਵੇ। ਜੇ ਆਉਣਾ ਹੋਇਆ ਨਾ, ਪਿਛਲੇ ਪਾਸੇ ਵੱਲ ਦੀ ਆਇਓ, ਗੰਗਾ ਨਾਲੇ ਵੱਲ ਦੀ। ਮੇਰਾ ਨਾਂ ਟੋਕਾ ਹੈ। ਆ ਕੇ ਉਹ ਫਿਰ ਠੇਕੇ ਦੇ ਅੰਦਰ ਵੜ ਗਿਆ। ਹੁਣ ਤੱਕ ਔਰਤਾਂ ਵੀ ਆਪਣੇ ਅੱਡੇ 'ਤੇ ਆ ਗਈਆਂ ਸਨ। ਬੱਚੇ ਮੁਹੱਲਿਆਂ ਅਤੇ ਗਲੀਆਂ ਵੱਲ ਨਿਕਲ ਗਏ। ਉਹ ਇੱਕ ਇੱਕ ਦੋ ਦੋ ਦੀਆਂ ਟੋਲੀਆਂ 'ਚ ਖਿੰਡਰ ਗਏ। ਰੋਟੀ ਹੈ ਤਾਂ ਦਈਏ ਨਾ ਮਾਂ, ਚਾਵਲ ਹੈ ਤਾਂ ਦਈਏ ਨਾ ਮਾਂ ਦੀ ਮੁਹਾਰਨੀ ਉਹ ਹਰ ਘਰ ਅੱਗੇ ਜਾ ਕੇ ਉਚਾਰਦੇ। ਇਉਂ ਫਿਰਦਿਆਂ ਫਿਰਾਉਂਦਿਆਂ ਸ਼ਾਮ ਹੋ ਗਈ। 6 ਵਜੇ ਤੱਕ ਕੁਝ ਅੱਗੇ ਕੁਝ ਪਿੱਛੇ ਸਾਰੇ ਕੂੜੇ ਦੇ ਢੇਰ ਲਾਗੇ ਫਿਰ ਇਕੱਠੇ ਹੋ ਗਏ। ਸੂਰਜ ਛਿਪ ਰਿਹਾ ਸੀ। ਇੱਕ ਔਰਤ ਟੁੱਟੇ ਭੱਜੇ ਖਿਡੌਣੇ ਵੇਚ ਕੇ ਚੁੱਲੂ ਸਸਤੀ ਸ਼ਰਾਬ ਪੀ ਆਈ ਸੀ ਅਤੇ ਦੂਸਰੀਆਂ ਨਾਲ ਖਰਮਸਤੀ ਕਰ ਰਹੀ ਸੀ। ਇੱਕ ਸ਼ਰਾਬੀ ਬਹੁਤ ਦੇਰ ਦਾ ਖੜ੍ਹਾ ਉਸ ਵੱਲ ਤੱਕ ਰਿਹਾ ਸੀ ਅਤੇ ਖੁਸ਼ ਹੋ ਰਿਹਾ ਸੀ। ਔਰਤਾਂ ਨੇ ਤਾੜ ਲਿਆ। ਇੱਕ ਬੋਲੀ, ਇਹ ਆ ਨਾ, ਆਪਾਂ ਦੋਨੇ ਹੀ ਭੁੱਖੇ ਹਾਂ। ਦੂਜੀ ਬੋਲੀ, ਇਹ ਤਾਂ ਮੇਰੇ 'ਤੇ ਆਸ਼ਕ ਹੈ। ਤੀਜੀ ਬੋਲੀ, ਨਹੀਂ ਨਹੀਂ, ਇਹ ਤਾਂ ਆਪਣੀ ਮਾਂ ਭਾਲਦਾ ਫਿਰਦਾ। ਚੌਥੀ ਬੋਲੀ, ਇਹਨੂੰ ਤਾਂ ਮੈਂ ਢਿੱਡ 'ਚ ਹੀ ਪਾ ਲਵਾਂ। ਠਿੱਠ ਹੋਇਆ ਸ਼ਰਾਬੀ ਮੂੰਹ 'ਚ ਗੰਦੀਆਂ ਗਾਲਾਂ ਕੱਢਦਾ ਉੱਥੋਂ ਖਿਸਕ ਗਿਆ। ਠੇਕੇ 'ਚ ਹੁਣ ਬਹੁਤ ਭੀੜ ਹੋ ਗਈ ਸੀ। ਠੇਕੇ ਦੇ ਅੰਦਰੋਂ ਰੌਲਾ ਗਾਲਾਂ ਅਤੇ ਚੀਕਾਂ ਇਉਂ ਸੁਣਾਈ ਦਿੰਦੀਆਂ ਸੀ ਜਿਵੇਂ ਖੇਡ ਮੈਦਾਨ 'ਚ ਕਿਸੇ ਧਿਰ ਵੱਲੋਂ ਗੋਲ ਕਰਨ ਤੋਂ ਬਾਅਦ ਹੋ ਹੱਲਾ ਸੁਣਦਾ। ਠੇਕੇ ਦੇ ਬਾਹਰ ਰਾਤ ਦੀ ਡਿਊਟੀ ਵਾਲੇ ਸਿਪਾਹੀ ਆ ਗਏ ਸਨ ਅਤੇ ਕਿਸੇ ਅਸਾਮੀ ਦੀ ਭਾਲ 'ਚ ਸਨ। ਇਹ ਮੁੰਡੇ ਹਰਲ ਹਰਲ ਕਰਦੇ ਇੱਧਰ ਉੱਧਰ ਘੁੰਮਣ ਲੱਗੇ। ਕਿੱਧਰੋਂ ਕੁਝ ਖਾਣ ਵਾਲਾ ਮਿਲੇ।
ਕਿੱਧਰੋਂ ਕੁਝ ਖੋਣ ਵਾਲਾ ਜਾਂ ਚੁਰਾਉਣ ਵਾਲਾ ਮਿਲੇ। ਥੱਕ ਹਾਰ ਕੇ ਸਾਰੇ ਔਰਤਾਂ ਕੋਲ ਆ ਬੈਠੇ। ਚੱਜ ਨਾਲ ਖਾਣ ਲਈ ਅੱਜ ਕਿੱਧਰੋਂ ਵੀ ਕੁਝ ਨਹੀਂ ਸੀ ਮਿਲਿਆ। ਔਰਤਾਂ ਸ਼ਾਇਦ ਗੁਰਦੁਆਰਿਓਂ ਕੁਝ ਨਾ ਕੁਝ ਲਿਆਈਆਂ ਸਨ, ਇਸੇ ਕਰਕੇ ਉਹ ਨਿਸ਼ਚਿੰਤ ਸਨ। ਮੁੰਡਿਆਂ 'ਚੋਂ ਇੱਕ ਦੇ ਚਿਹਰੇ 'ਤੇ ਅਚਾਨਕ ਰੌਣਕ ਆ ਗਈ। ਉਹਨੇ ਹੌਲੀ ਦੇ ਕੇ ਦੂਜਿਆਂ ਨੂੰ ਪੁੱਛਿਆ, ਕਾਲੀ ਘਾਟ ਚੱਲੀਏ ਜਿੱਥੇ ਟੋਕਾ ਆਖਦਾ ਸੀ? ਹਾਂ ਚਲੋ, ਇੱਕ ਨੇ ਆਖਿਆ ਤੇ ਫਿਰ ਸਾਰਿਆਂ ਨੇ ਵਾਰੀ ਵਾਰੀ ਕਿਹਾ, ਹਾਂ ਚਲੋ। ਹੁਣ ਕਾਰਪੋਰੇਸ਼ਨ ਦੇ ਨਲਕੇ 'ਚ ਪਾਣੀ ਵਗ ਰਿਹਾ ਸੀ। ਉਹਨਾਂ ਹੱਥ ਪੈਰ ਮੂੰਹ ਧੋਤੇ, ਪਾਣੀ ਪੀਤਾ ਅਤੇ ਫਿਰ ਜਿਵੇਂ ਸੱਚਮੁੱਚ ਹੀ ਕਿਸੇ ਦਾਅਵਤ 'ਤੇ ਜਾ ਰਹੇ ਹੋਣ, ਹਰੀਸ਼ ਮੁਖਰਜੀ ਰੋਡ, ਹਜ਼ਰਾ ਰੋਡ ਹੁੰਦੇ ਹੋਏ ਗੰਗਾ ਨਾਲੇ ਦੇ ਨਾਲ ਨਾਲ ਚੱਲਦੇ ਸ਼ਮਸ਼ਾਨ ਘਾਟ ਦੇ ਪਿਛਲੇ ਪਾਸੇ ਆ ਨਿਕਲੇ। ਹਨੇਰਾ ਹੋਣ ਲੱਗਾ ਸੀ, ਉਂਝ ਬਿਜਲੀ ਤੋਂ ਬਗੈਰ ਵੀ ਅਜੇ ਰੌਸ਼ਨੀ ਸੀ। ਉਹਨਾਂ ਵਰਗੀ ਇੱਕ ਹੋਰ ਨੰਗ ਮਨੰਗ ਜਿਹੀ ਟੋਲੀ ਪਹਿਲਾਂ ਹੀ ਉੱਥੇ ਘੁੰਮ ਰਹੀ ਸੀ। ਗਰਮੀ ਅੰਤਾਂ ਦੀ ਸੀ, ਉਹ ਟੋਕੇ ਨੂੰ ਇੱਧਰ ਉੱਧਰ ਲੱਭਣ ਲੱਗੇ। ਨਵੀਂ ਜਗ੍ਹਾ ਸੀ, ਇੱਧਰ ਕਦੇ ਉਹ ਆਏ ਨਹੀਂ ਸੀ। ਉਪਰਾ ਜਿਹਾ ਡਰ ਵੀ ਸਾਰਿਆਂ ਦੇ ਚਿਹਰਿਆਂ ਉੱਪਰ ਸੀ, ਕਿਹੜੇ ਪਾਸੇ ਕਿੱਧਰ ਦੀ ਜਾਣਾ ਇਹ ਵੀ ਨਹੀਂ ਸੀ ਜਾਣਦੇ। ਕੁਛ ਦੇਰ ਬਾਅਦ ਹੋਣ ਵਾਲੇ ਹਨੇਰੇ ਤੋਂ ਵੀ ਡਰਦੇ ਸੀ। ਟੋਕੇ ਨੂੰ ਉਡੀਕਦੇ ਉਹ ਗੰਗਾ ਨਾਲੇ ਦੇ ਕਿਨਾਰੇ ਗਿੱਲੀ ਮਿੱਟੀ ਨਾਲ ਖੇਡਣ ਲੱਗ ਪਏ। ਤੂੰ ਅੱਜ ਕੀ ਖਾਧਾ? ਇੱਕ ਨੇ ਦੂਜੇ ਨੂੰ ਪੁੱਛਿਆ। ਮਠਿਆਈ, ਪਹਿਲਾਂ ਕਾਲੀ ਨਾਲ ਬੋਲਿਆ ਜਿਹਦੇ ਪਿੱਛੇ ਟਣੀਏ ਨੂੰ ਮਾਰ ਪਈ ਸੀ। ਹਾਂ ਮੈਂ ਦੱਸਾਂ ਕੀ ਖਾਧਾ? ਦੱਸ। ਪਹਿਲਾਂ ਉਹੀ ਮਠਿਆਈ, ਫਿਰ ਉਹ ਚੇਤੇ ਕਰਨ ਲੱਗਾ, ਫਿਰ ਖੀਰੇ ਦੀ ਫਾੜੀ, ਅਤੇ ਫਿਰ ਉਹ ਭਾਈ ਜਿਹੜੀ ਚਾਂਪ ਸਿੱਟ ਕੇ ਗਿਆ ਸੀ, ਅਤੇ ਫਿਰ ਆਪਾਂ ਪਾਣੀ ਪੀਤਾ ਸੀ। ਮੈਨੂੰ ਤਾਂ ਬਹੁਤ ਭੁੱਖ ਲੱਗੀ ਹੈ, ਕੋਈ ਹੋਰ ਬੋਲਿਆ। ਮੈਨੂੰ ਤਾਂ ਆਪ, ਮੈਨੂੰ ਵੀ, ਟੋਕਾ ਕਿੱਥੇ ਮਰ ਗਿਆ? ਅਤੇ ਫਿਰ ਪਤਾ ਨਹੀਂ ਟੋਕਾ ਉਹਨਾਂ ਸਾਹਮਣੇ ਕਿੱਥੋਂ ਆ ਖੜਾ ਹੋਇਆ, ਜਿਵੇਂ ਪਾਣੀ 'ਚੋਂ ਨਿਕਲ ਕੇ ਆਇਆ ਹੋਵੇ। ਉਹਨਾਂ ਸਭਨਾਂ ਨੇ ਗੰਗਾ ਨਾਲੇ ਦੇ ਗੰਦੇ ਪਾਣੀ 'ਚ ਹੱਥ ਕਚੋਲੇ ਅਤੇ ਉੱਠ ਖੜ੍ਹੇ ਹੋਏ। ਠੇਕੇ ਵਾਲੇ, ਟੋਕੇ ਨੇ ਹੋ ਰਹੇ ਹਨੇਰੇ 'ਚ ਕੁਛ ਪਛਾਣਦਿਆਂ ਪੁੱਛਿਆ। ਹਾਂ, ਸਾਰੇ ਬੋਲੇ। ਟੋਕੇ ਨੇ ਇੱਕ ਲੀਡਰ ਵਾਂਗ ਸਭਨਾਂ ਨੂੰ ਇਸ਼ਾਰਾ ਕੀਤਾ ਅਤੇ ਸਾਰੇ ਉਹਦੇ ਪਿੱਛੇ ਪਿੱਛੇ ਤੁਰ ਪਏ। ਸ਼ਮਸ਼ਾਨ ਘਾਟ ਦੇ ਪਿਛਲੇ ਦਰਵਾਜ਼ੇ ਕੋਲ ਪਹੁੰਚ ਕੇ ਟੋਕੇ ਨੇ ਬੁੱਲਾਂ 'ਤੇ ਹੱਥ ਰੱਖ ਕੇ ਸਾਰਿਆਂ ਨੂੰ ਚੁੱਪ ਰਹਿਣ ਦਾ ਭੇਦ ਭਰਿਆ ਇਸ਼ਾਰਾ ਕੀਤਾ ਅਤੇ ਆਪ ਅੰਦਰ ਲੰਘ ਗਿਆ। ਉਹ ਸਾਰੇ ਵੀ ਸ਼ਮਸ਼ਾਨ ਘਾਟ ਦੇ ਅੰਦਰ ਝਾਕੇ, ਜਿੱਧਰ ਟੋਕਾ ਗਿਆ ਸੀ। ਅੰਦਰ ਅਲੱਗ ਅਲੱਗ 5 ਸਿਵੇ ਬਲ ਰਹੇ ਸਨ। ਇੱਕ ਮੁਰਦਾ ਉਹਨਾਂ ਦੇ ਵਹਿੰਦਿਆਂ ਹੋਰ ਆ ਗਿਆ। ਸ਼ਮਸ਼ਾਨ ਘਾਟ ਦੇ ਸ਼ਹਿਰ ਵਾਲੇ ਰਸਤੇ ਵੱਲੋਂ ਹਰੀ ਬੋਲ ਦਾ ਰੌਲਾ ਵੀ ਸੁਣਨ ਲੱਗਾ। ਕੋਈ ਹੋਰ ਅਰਥੀ ਆ ਰਹੀ ਸੀ। ਮੈਨੂੰ ਤਾਂ ਡਰ ਲੱਗਦਾ, ਸਾਰਿਆਂ ਨਾਲੋਂ ਛੋਟਾ ਮੁੰਡਾ ਦੂਸਰਿਆਂ ਦੇ ਪਿੱਛੇ ਲੁੱਕ ਗਿਆ। ਪਾਸੇ ਖੜ੍ਹੇ ਉਹ ਸਾਰੇ ਅੰਦਰ ਦੀ ਹਿਲਜੁਲ ਵਹਿੰਦੇ ਰਹੇ। ਇੱਕ ਲਾਸ਼ ਦੇ ਸੰਬੰਧੀ ਆਪਣਾ ਰਿਵਾਜ ਵਿਹਾਰ ਕਰਕੇ ਵਾਪਸ ਚਲੇ ਗਏ। ਗੰਗਾ ਦੇ ਨਾਲੇ 'ਚੋਂ ਪਾਣੀ ਲਿਆ ਕੇ ਸੇਵਾ ਠੰਡਾ ਕੀਤਾ ਅਤੇ ਫਿਰ ਰਾਖ ਦਾ ਢੇਰ ਇੱਕ ਪਾਸੇ ਲਾ ਦਿੱਤਾ। ਉੱਥੇ ਹੁਣ ਲਿਆਂਦੇ ਮੁਰਦੇ ਦੇ ਰਿਸ਼ਤੇਦਾਰ ਡੂਮਾ ਨੂੰ ਕੁਝ ਸਮਝਾ ਕੇ ਅਤੇ ਪੈਸੇ ਦੇ ਕੇ ਵਾਪਸ ਪਰਤ ਗਏ। ਇਹੀ ਮੌਕਾ ਸੀ, ਟੋਕਾ ਹੁਸ਼ਿਆਰ ਹੋਇਆ, ਆਸੇ ਪਾਸੇ ਦੇਖਿਆ ਅਤੇ ਜਲ ਰਹੇ ਮੁਰਦੇ ਦੀ ਬਾਂਹ ਧੂ ਕੇ ਬਾਹਰ ਭੱਜ ਗਿਆ। ਡੂਮਾ ਲਈ ਵੀ ਇਹੀ ਮੌਕਾ ਸੀ, ਸੰਬੰਧੀ ਜਾ ਚੁੱਕੇ ਸੀ, ਪੈਸੇ ਮਿਲ ਗਏ ਸੀ। ਹੁਣ ਅੱਧ ਜਲਿਆ ਮੁਰਦਾ ਘੜੀਸਿਆ ਦੇ ਬਾਹਰ ਗੰਗਾ ਨਾਲੇ ਦੇ ਕਿਨਾਰੇ ਸੁੱਟ ਆਏ। ਪਤਾ ਨਹੀਂ ਕਿੱਧਰੋਂ ਕੁੱਤੇ ਆ ਗਏ ਸੀ, ਟੋਕੇ ਨੇ ਅਤੇ ਉਹਦੇ ਨਵੇਂ ਮਹਿਮਾਨਾਂ ਨੇ ਕੁੱਤਿਆਂ ਨੂੰ ਭਜਾਇਆ। ਕੁਛ ਦੂਰ ਖੜੋ ਕੇ ਕੁੱਤੇ ਆਪਣੀ ਵਾਰੀ ਦੀ ਉਡੀਕ ਕਰਨ ਲੱਗੇ। ਮਾਸ, ਬਹੁਤ ਗਰਮੀ ਸੀ, ਕਈਆਂ ਦੇ ਹੱਥ ਅਤੇ ਬੁੱਲ ਸੜ ਗਏ। ਟੋਕਾ ਦੂਰ ਖੜਾ ਧੂ ਕੇ ਲਿਆਂਦੀ ਬਾਂਹ ਨੂੰ ਚੂੰਡਦਾ ਰਿਹਾ ਅਤੇ ਉਹਨਾਂ ਵੱਲ ਵੇਖ ਕੇ ਹੱਸਦਾ ਰਿਹਾ। ਇੱਕ ਨਵਾਂ ਸ਼ੁਗਲ ਵੀ ਸੀ ਅਤੇ ਇਉਂ ਭੁੱਖ ਵੀ ਤੰਗ ਨਹੀਂ ਸੀ ਕਰਦੀ। ਖਾਂਦਿਆਂ ਖਾਂਦਿਆਂ ਟੋਕੇ ਨੇ ਉਹਨਾਂ ਨੂੰ ਦੱਸਿਆ, ਦਿਨ ਵੇਲੇ ਇੱਥੇ ਆਉਣ ਨਾਲ ਵੀ ਬੜਾ ਕੁਛ ਮਿਲਦਾ।
ਮੁਰਦਿਆਂ ਦੇ ਸਿਰਾਣੇ ਰੱਖੀਆਂ ਐਨਕਾਂ, ਛਤਰੀਆਂ, ਜੁੱਤੀਆਂ, ਕੱਪੜੇ ਅਤੇ ਹੋਰ ਬੜਾ ਕੁਝ। ਇਹ ਮੁੰਡੇ ਸੁਣ ਸੁਣ ਹੈਰਾਨ ਹੁੰਦੇ ਗਏ। ਠੇਕੇ ਕੋਲ ਤਾਂ ਉਹ ਕੂੜੇ ਦੇ ਢੇਰ ਵਿੱਚ ਹੀ ਹੱਥ ਪੱਲਾ ਮਾਰਦੇ ਰਹਿੰਦੇ ਸੀ ਅਤੇ ਕੁਛ ਵੀ ਨਹੀਂ ਸੀ ਲੱਭਦਾ। ਇੱਥੇ ਤਾਂ ਖਾਣ ਨੂੰ ਵੀ ਬੜਾ ਕੁਝ ਹੈ ਅਤੇ ਖੇਡਣ ਲਈ ਵੀ। ਫਿਰ ਟੋਕਾ ਉਹਨਾਂ ਨੂੰ ਆਪਣੇ ਕਾਰਨਾਮੇ ਸੁਣਾਉਣ ਲੱਗਾ, ਕਿਵੇਂ ਇੱਕ ਵਾਰ ਉਹਨੇ ਮਕਾਨ 'ਚੋਂ ਟੋਫੀਆਂ ਦਾ ਡੱਬਾ ਚੁਰਾਇਆ, ਕਿਵੇਂ ਉਹਨੇ ਇੱਕ ਮੁਰਦਾ ਤੀਵੀਂ ਦੀ ਸਾੜੀ ਉਤਾਰ ਲਈ, ਕਿਵੇਂ ਇੱਕ ਵਾਰੀ ਉਹਨੂੰ ਸਿਵੇ ਦੀ ਜਲਦੀ ਲੱਕੜੀ ਨਾਲ ਮਾਰਿਆ ਗਿਆ, ਕਿਵੇਂ ਇੱਕ ਵਾਰ ਉਹ ਸ਼ਮਸ਼ਾਨ ਘਾਟ ਅੰਦਰ 3-4 ਲਾਵਾਰਸ ਲਾਸ਼ਾਂ ਦੇ ਵਿਚਕਾਰ ਹੀ ਸੌਂ ਗਿਆ। ਹੁਣ ਹਨੇਰਾ ਸੰਘਣਾ ਹੋ ਗਿਆ ਸੀ। ਟੋਕਾ ਕਿਸੇ ਜਾਦੂ ਕਹਾਣੀ ਦੇ ਨਾਇਕ ਵਾਂਗੂ ਉੱਥੋਂ ਗੁੰਮ ਹੋ ਗਿਆ। ਉਹ ਸਾਰੇ ਵੀ ਆਪਣੇ ਅੱਡੇ 'ਤੇ ਪਰਤ ਆਏ। ਸ਼ਰਾਬ ਦਾ ਠੇਕਾ ਕਦੋਂ ਦਾ ਬੰਦ ਹੋ ਚੁੱਕਿਆ ਸੀ। ਕੁੱਤੇ ਜੂਠੇ ਪੱਤੇ ਚੱਟ ਚੁੱਟ ਸੌਂ ਚੁੱਕੇ ਸਨ। ਉਹਨਾਂ ਨੇ ਦੇਖਿਆ ਔਰਤਾਂ ਵੀ ਘੂਕ ਸੁੱਤੀਆਂ ਪਈਆਂ ਸਨ। ਆਪਣੀ ਆਪਣੀ ਜਗ੍ਹਾ ਇੱਟਾਂ ਦੇ ਦਾ ਸਿਰਹਾਣਾ ਲੈ ਕੇ ਉਹ ਲੇਟ ਗਏ। ਹੁਣ ਉਹਨਾਂ ਨੂੰ ਪਤਾ ਲੱਗਿਆ ਅਸਮਾਨ ਤਾਰਿਆਂ ਨਾਲ ਭਰਿਆ ਹੋਇਆ ਸੀ। ਕੱਲ੍ਹ ਨੂੰ ਫਿਰ ਚੱਲਾਂਗੇ ਉੱਥੇ, ਕਿਸੇ ਇੱਕ ਨੇ ਦੂਜੇ ਨੂੰ ਪੁੱਛਿਆ। ਮੇਰਾ ਤਾਂ ਜੀ ਨਹੀਂ ਕਰਦਾ। ਮੁੰਡਾ ਸ਼ਮਸ਼ਾਨ ਘਾਟ ਦੇ ਮਾਹੌਲ ਤੋਂ ਡਰ ਗਿਆ ਸੀ। ਮੇਰਾ ਤਾਂ ਹੱਥ ਹੀ ਛੱਡ ਗਿਆ, ਇਹ ਪਾਟੀ ਨਿੱਕਰ ਵਾਲਾ ਸੀ, ਮੈਨੂੰ ਤਾਂ ਸਵਾਦ ਨਹੀਂ ਲੱਗਿਆ। ਕੋਈ ਹੋਰ ਬੋਲਿਆ, ਫਿਰ ਕਾਹਤੋਂ ਖਾਧਾ? ਭੁੱਖ ਲੱਗੀ ਸੀ ਨਾ। ਜੂਠੀਆਂ ਹੱਡੀਆਂ ਚੂੰਡਣ ਨਾਲੋਂ ਤਾਂ ਚੰਗਾ ਹੈ ਸਵੇਰੇ ਆਪਾਂ ਇਹਨਾਂ ਨੂੰ ਦੱਸੀਏ। ਇੱਕ ਹੋਰ ਨੇ ਔਰਤਾਂ ਵੱਲ ਇਸ਼ਾਰਾ ਕੀਤਾ। ਨਾ, ਇਹ ਮਾਰਨਗੀਆਂ ਆਪਾਂ ਨੂੰ। ਕਾਹਤੋਂ? ਆਪਾਂ ਆਦਮੀ ਖਾਧਾ ਹੈ ਨਾ, ਉਹ ਤਾਂ ਮਰਿਆ ਸੀ। ਉਹ ਬੰਦੇ ਦਾ ਮਾਸ ਖਾਣ ਵਾਸਤੇ ਨਹੀਂ ਹੁੰਦਾ। ਟੋਕਾ ਤਾਂ ਰੋਜ਼ ਖਾਂਦਾ, ਆਪਾਂ ਵੀ ਖਾਇਆ ਕਰਾਂਗੇ। ਤੂੰ ਇਹਨਾਂ ਨੂੰ ਨਾ ਦੱਸੀ। ਚੰਗਾ। ਇੱਕ ਦੋ ਨੇ ਉਬਾਸੀਆਂ ਲਈਆਂ ਅਤੇ ਉਹਨਾਂ ਵਿੱਚੋਂ ਕੋਈ ਬੋਲਿਆ, ਮੈਨੂੰ ਤਾਂ ਨੀਂਦ ਆਉਂਦੀ ਹੈ, ਮੈਨੂੰ ਤਾਂ ਆਪ। ਕੱਲ੍ਹ ਨੂੰ ਦਿਨੇ ਚੱਲੀਏ ਉੱਥੇ? ਦਿਨੇ ਕੀ ਕਰਾਂਗੇ? ਟੋਕੇ ਵਾਂਗੂ ਆਪਾਂ ਵੀ ਚੀਜ਼ਾਂ ਇਕੱਠੀਆਂ ਕਰਾਂਗੇ, ਜੁੱਤੀਆਂ, ਛਤਰੀਆਂ, ਕੱਪੜੇ। ਠੀਕ ਹੈ। ਅਤੇ ਫਿਰ ਪਤਾ ਨਹੀਂ ਕਦੋਂ ਸਾਰੇ ਸੌਂ ਗਏ। ਇੱਕ ਦਿਨ ਦਾ ਅੰਤ ਹੋ ਗਿਆ। ਸਵੇਰੇ ਜਦੋਂ ਉੱਠਣਗੇ, ਭੁੱਖ ਉਹਨਾਂ ਦੇ ਨਾਲ ਹੀ ਉੱਠ ਬੈਠੇਗੀ ਅਤੇ ਉਹ ਕੂੜੇ ਦੇ ਢੇਰ ਤੋਂ ਆਪਣਾ ਸਫ਼ਰ ਫਿਰ ਸ਼ੁਰੂ ਕਰਨਗੇ। ਧੰਨਵਾਦ।